ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਜਸਪ੍ਰੀਤ ਢਿੱਲੋਂ ਤੇ ਤੁਹਾਡਾ ਸਭ ਦਾ ਯੈਸ ਟੀਵੀ 'ਚ ਸਵਾਗਤ ਹੈ। ਦੋਸਤੋ, ਕਿਸਨੇ ਬਿਲਕੁਲ ਸਹੀ ਕਿਹਾ ਹੈ, ਆਪਣੀ ਗੱਲਾਂ ਤੋਂ ਜ਼ਿਆਦਾ ਆਪਣੇ ਕੰਮ ਤੇ ਵਿਸ਼ਵਾਸ ਰੱਖੋ, ਕਾਮਯਾਬੀ ਜ਼ਰੂਰ ਮਿਲੇਗੀ। ਕੁਝ ਇਹੋ ਜਿਹੇ ਸੰਦੇਸ਼ ਲੈ ਕੇ ਹਾਜ਼ਰ ਹਾਂ ਮੈਂ ਆਪਣੀ ਇੱਕ ਨਈ ਕਹਾਣੀ ਦੇ ਨਾਲ। ਔਰ ਇਹ ਕਹਾਣੀ ਇੱਕ ਬਿਜ਼ਨਸਮੈਨ ਦੀ ਹੈ। ਇੱਕ ਬਿਜ਼ਨਸਮੈਨ ਸੀਗਾ ਜਿਸਦੇ ਦੋ ਮੁੰਡੇ ਸੀ। ਉਸਦਾ ਜੋ ਵੱਡਾ ਮੁੰਡਾ ਸੀਗਾ ਨਾ, ਉਹ ਬਿਜ਼ਨਸਮੈਨ ਨੂੰ ਬਹੁਤ ਸਮਝਦਾਰ ਤੇ ਹੁਸ਼ਿਆਰ ਸਮਝਦਾ ਸੀਗਾ ਤੇ ਆਪਣੇ ਛੋਟੇ ਮੁੰਡੇ ਨੂੰ ਨਲਾਇਕ ਸਮਝਦਾ ਸੀਗਾ, ਕਿਉਂਕਿ ਉਸਦਾ ਛੋਟਾ ਮੁੰਡਾ ਹਮੇਸ਼ਾ ਆਪਣੇ ਵਿੱਚ ਹੀ ਮਗਨ ਰਹਿੰਦਾ ਸੀਗਾ, ਕਿਸ ਦੇ ਨਾਲ ਜ਼ਿਆਦਾ ਗੱਲ ਵੀ ਨਹੀਂ ਕਰਦਾ ਸੀਗਾ। ਤੇ ਇੱਕ ਦਿਨ ਉਸਨੇ ਸੋਚਿਆ ਕਿ ਆਪਣੇ ਛੋਟੇ ਮੁੰਡੇ ਦੀ ਨਾ ਮੈਂ ਇੱਕ ਛੋਟਾ ਜਿਹਾ ਟੈਸਟ ਲੈਣਾ ਵਾ, ਉਸਨੂੰ ਜਾਣਦਾ ਵਾਂ ਕਿ ਉਸਦਾ ਦਿਮਾਗ ਕਿੰਨਾ ਚੱਲਦਾ ਹੈ। ਤੇ ਉਸਨੇ ਕੀ ਕੀਤਾ, ਆਪਣੇ ਦੋਨਾਂ ਮੁੰਡਿਆਂ ਨੂੰ ਬੁਲਾਇਆ ਔਰ ਉਹਨਾਂ ਨੂੰ ਕਿਹਾ ਕਿ ਤੁਸੀਂ ਬਾਜ਼ਾਰ ਜਾਓ ਔਰ ਇੱਕ ਕੋਈ ਇਹੋ ਜਿਹਾ ਸਮਾਨ ਲੈ ਕੇ ਆਓ ਜਿਸ ਦੇ ਨਾਲ ਮੇਰਾ ਪੂਰਾ ਘਰ ਭਰ ਜੇ। ਉਹ ਦੋਨੋਂ ਮੁੰਡੇ ਸੋਚਣ ਲੱਗੇ ਸੀ ਕੀ ਚੀਜ਼ ਲੈ ਕੇ ਆ ਸਕਦੇ ਆ ਜਿਹਦੇ ਨਾਲ ਸਾਡਾ ਪੂਰਾ ਘਰ ਭਰ ਜੇ। ਤੇ ਉਸਦੇ ਪਿਓ ਨੇ ਕਿਹਾ ਕਿ ਮੈਂ ਤੁਹਾਨੂੰ ਇਸ ਚੀਜ਼ ਦੇ ਸਿਰਫ 100 ਰੁਪਏ ਦੇਵਾਂਗਾ, ਤੁਸੀਂ 100 ਰੁਪਏ ਵਿੱਚ ਇਹੋ ਜਿਹੀ ਕੋਈ ਚੀਜ਼ ਲੈ ਕੇ ਆਓ ਜਿਹਦੇ ਨਾਲ ਸਾਰਾ ਪੂਰਾ ਘਰ ਭਰ ਜੇ। ਉਦੋਂ ਕਾਫੀ ਹੈਰਾਨ ਹੋਣ ਲੱਗੇ ਤੇ ਸੋਚਣ ਲੱਗੇ ਕਿ ਅਸੀਂ ਕੀ ਲੈ ਸਕਦੇ ਹਾਂ। ਜਦ ਤੱਕ ਵੱਡਾ ਮੁੰਡਾ ਆਪਣੇ ਪਿਓ ਨਾਲ ਬਹਿਸ ਕਰਨ ਲੱਗਿਆ, ਕੁਐਸਚਨ ਪੁੱਛਣ ਲੱਗਿਆ ਕਿ ਅਸੀਂ ਐਵੇਂ ਕਿਵੇਂ ਕਰ ਸਕਦੇ ਹਾਂ, 100 ਰੁਪਏ 'ਚ ਕੁਛ ਆਉਂਦਾ ਹੀ ਨਹੀਂ ਹੈ, ਉਹ ਤਦ ਤੱਕ ਛੋਟਾ ਮੁੰਡਾ ਬਾਜ਼ਾਰ ਵੀ ਜਾ ਚੁੱਕਿਆ ਸੀ। ਵੱਡੇ ਮੁੰਡੇ ਨੇ ਜਦ ਵੇਖਿਆ ਕਿ ਛੋਟਾ ਮੁੰਡਾ ਬਾਜ਼ਾਰ ਵੀ ਚਲਾ ਗਿਆ, ਉਹ ਫਟਾਫਟ ਉਹ ਵੀ ਬਾਜ਼ਾਰ ਚਲਾ ਗਿਆ। ਜਦੋਂ ਬਾਜ਼ਾਰ ਗਿਆ ਉਹ ਕਾਫੀ ਪਰੇਸ਼ਾਨ ਹੋ ਗਿਆ ਕਿ ਮੈਂ 100 ਰੁਪਏ 'ਚ ਕੀ ਲਵਾਂ। ਉਹਨੇ ਥੱਕ ਹਾਰ ਕੇ 100 ਰੁਪਏ 'ਚ ਇੱਕ ਪਰਾਲੀ ਦੀ ਬੋਰੀ ਲੈ ਲਈ। ਉਹ ਘਰ ਆ ਗਿਆ ਤੇ ਉਸਨੇ ਪਿਓ ਦੇ ਸਾਹਮਣੇ ਉਹ ਪਰਾਲੀ ਦੀ ਬੋਰੀ ਰੱਖ ਦਿੱਤੀ ਤੇ ਕਿਹਾ ਮੈਂ 100 ਰੁਪਏ 'ਚ ਇਹ ਲੈ ਕੇ ਆਇਆ। ਤੇ ਥੋੜ੍ਹੀ ਦੇਰ ਬਾਅਦ ਹੀ ਉਹ ਛੋਟਾ ਮੁੰਡਾ ਵੀ ਆ ਗਿਆ। ਛੋਟੇ ਮੁੰਡੇ ਦੇ ਹੱਥ ਵਿੱਚ ਇੱਕ ਛੋਟੀ ਜਿਹੀ ਥੈਲੀ ਸੀਗੀ। ਪਿਓ ਵੇਖ ਕੇ ਕਾਫੀ ਪਰੇਸ਼ਾਨ ਹੋ ਗਿਆ ਕਿ ਸੱਚ ਵਿੱਚ ਮੇਰੇ ਛੋਟੇ ਮੁੰਡੇ ਦਾ ਦਿਮਾਗ ਹੈ ਹੀ ਨਹੀਂ, ਉਹ ਕੀ ਪਤਾ ਨਹੀਂ ਕੀ ਲੈ ਕੇ ਆਇਆ ਛੋਟੀ ਥੈਲੀ 'ਚ। ਤੇ ਉਸ ਛੋਟੇ ਮੁੰਡੇ ਨੇ ਘਰ ਦੀ ਸਾਰੀ ਲਾਈਟਾਂ ਬੰਦ ਕਰ ਦਿੱਤੀ ਤੇ ਅਗਰਬੱਤੀ ਤੇ ਮੋਮਬੱਤੀ ਜਗਾ ਦਿੱਤੀ। ਇਹ ਦੇਖ ਕੇ ਪਿਓ ਕਾਫੀ ਖੁਸ਼ ਹੋਇਆ ਤੇ ਸੋਚਣ ਲੱਗਿਆ ਕਿ ਮੈਂ ਆਪਣੇ ਛੋਟੇ ਮੁੰਡੇ ਨੂੰ ਇੰਨਾ ਨਾਸਮਝ ਸਮਝਦਾ ਸੀਗਾ, ਇੰਨਾ ਪਾਗਲ ਸਮਝਦਾ ਸੀਗਾ, ਲੇਕਿਨ ਉਹ ਤਾਂ ਮੇਰੇ ਵੱਡੇ ਮੁੰਡੇ ਤੋਂ ਵੀ ਬਹੁਤ ਹੁਸ਼ਿਆਰ ਹੈ, ਕਿਉਂਕਿ ਅਗਰਬੱਤੀਆਂ ਦੇ ਨਾਲ ਪੂਰੇ ਘਰ 'ਚ ਖੁਸ਼ਬੂ ਫੈਲ ਗਈ ਔਰ ਮੋਮਬੱਤੀਆਂ ਦੇ ਨਾਲ ਪੂਰੇ ਘਰ 'ਚ ਰੋਸ਼ਨੀ ਹੋ ਗਈ। ਤੇ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਡੇ ਬਾਰੇ ਅਗਰ ਕੋਈ ਵੀ ਗੱਲ ਬੋਲਦਾ ਤੇ ਸਾਨੂੰ ਉਸ ਗੱਲ ਤੋਂ ਰਿਐਕਟ ਨਹੀਂ ਕਰਨਾ ਚਾਹੀਦਾ, ਬਸ ਆਪਣੀ ਕਾਮਯਾਬੀ ਦੀ ਔਰ ਵੇਖਣਾ ਚਾਹੀਦਾ। ਤੇ ਕਿਵੇਂ ਲੱਗੀ ਮੇਰੀ ਸਟੋਰੀ ਕਮੈਂਟ ਸੈਸ਼ਨ ਤੇ ਜ਼ਰੂਰ ਦੱਸਿਓ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਤਿ ਸ਼੍ਰੀ ਅਕਾਲ।